ਬੇਗਮ ਸਫੀਆ ਇਸਾਕ ਮੇਰਾ ਨਾਮ ਹੈ ਨਜ਼ਰੀਆਤੀ ਸਮਾਜੀ ਤੇ ਸਿਆਸੀ ਹਵਾਲੇ ਨਾਲ ਮੈਂ ਮੇਰੀ ਪਛਾਣ ਹੈ ਔਰ ਵੈਲਫੇਅਰ ਦਾ ਮੈਂ ਬਹੁਤ ਕੰਮ ਕਰ ਰਹੀ ਹਾਂ ਤੇ ਅੱਜ ਦੇ ਹਵਾਲੇ ਨਾਲ 14 ਮਾਰਚ ਦੇ ਹਵਾਲੇ ਨਾਲ ਜਿਹੜਾ ਲਾਹੌਰ ਰੰਗ ਔਰ ਕਲਚਰ ਦੇ ਹਵਾਲੇ ਨਾਲ ਮੈਂ ਇਹੀ ਕਹਾਂਗੀ ਕਿ ਮਾਸ਼ਾਅੱਲਾ ਸਾਡਾ ਲਾਹੌਰ ਜਿਹੜਾ ਬਹੁਤ ਹੀ ਖੂਬਸੂਰਤ ਹੈ ਜਿੰਨੇ ਲਾਹੌਰ ਨਹੀਂ ਵੇਖਿਆ ਜੰਮਿਆ ਹੀ ਨਹੀਂ ਹਰ ਪਾਸੇ ਮੌਸਮੇ ਬਹਾਰਾਂ ਹੈ ਜਗਾ ਜਗਾ ਦੇਖਤੇ ਮਾਸ਼ੱਲਾ ਪੂਰਾ ਲਾਹੌਰ ਦੇ ਵਿੱਚ ਚਿਰਾਗਾ ਹੋਈ ਏ ਔਰ ਆਪਣਾ ਆਉਣ ਵਾਲਾ ਜਿਹੜਾ 12 ਮਾਰਚ 11 ਮਾਰਚ ਦੇ ਹਵਾਲੇ ਨਾਲ ਬੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗਲੀ ਗਲੀ ਚਿਰਾਗਾ ਹੋ ਰਹੀ ਏ ਲੋਕ ਖਾਣ ਪੀਣ ਦੇ ਸਟਾਲ ਔਰ ਦੇ ਤਿੰਨ ਕਿਸਮ ਦੀਆਂ ਉਹਨਾਂ ਨੇ ਸਹੂਲਤਾਂ ਫਰਾਮ ਕੀਤੀਆਂ ਨੇ ਬਰ ਜਿਹੜਾ ਕਜ਼ਾਫੀ ਸਟੇਡੀਅਮ ਹੈ ਇਹਦੇ ਵਿੱਚ ਜਗ੍ਹਾ ਜਗ੍ਹਾ ਤੇ ਮੇਲੇ ਠੇਲੇ ਯਾਨੀ ਕਿ ਰੰਗ ਹੀ ਹੋ ਰਹੇ ਲਾਹੌਰ ਦਾ ਰੰਗ ਹੀ ਹੋ ਰਿਹਾ ਬਹੁਤ ਬਹੁਤ ਬਾਅਦ ਮੈਂ ਇਹ ਰੰਗ ਦੇਖਿਆ ਬਹੁਤ ਸਾਲਾਂ ਤੋਂ ਮੈਂ ਦੇਖਦੀ ਆ ਰਹੀਆਂ ਲੇਕਿਨ ਜਿਹੜੀ ਇਸ ਟਾਈਮ ਹੁਣ ਜਿਹੜੀ ਰੌਣਕ ਲੱਗੀ ਹੈ ਨਾ ਇਹ ਰੌਣਕ ਮੈਂ ਪਹਿਲੇ ਕਦੀ ਨਹੀਂ ਸੀ ਦੇਖੀ ਮੈਂ ਰਾਤ ਨੂੰ ਨਿਕਲੀ ਤੇ ਮੈਂ ਨਹਿਰ ਤੇ ਦੇਖੀ ਤੇ ਚਰਾਗਾ ਮੈਂ ਲਿਬਰਟੀ ਚ ਗਈ ਤੇ ਉੱਥੇ ਚਰਾਗਾ ਮੈਂ ਅਨਾਰਕਲੀ ਗਈ ਫੂਡ ਸਟਰੀਟ ਗਈ ਉੱਥੇ ਰੌਣਕ ਮੇਲੇ ਔਰ ਲੋਕ ਜੋਗ ਦਰ ਜੋਗ ਨਿਕਲੇ ਨੇ ਬਾਹਰ ਕਿ ਮੇਲਾ ਮਨਾ ਰਹੇ ਨੇ ਤੇ ਮੈਂ ਸਾਨੂੰ ਫਖਰ ਹੈ ਸਾਡਾ ਪਾਕਿਸਤਾਨ ਜਿਹੜਾ ਮਾਸ਼ਾਅੱਲਾ ਉਹ ਜ਼ਿਆਦਾ ਤੋਂ ਜ਼ਿਆਦਾ ਆਪਣੇ ਕਲਚਰ ਨੂੰ ਫਰੋਗ ਦੇ ਰਿਹਾ ਹੈ ਹਰ ਜਗ੍ਹਾ ਦੇਵਤੇ ਹਰ ਸੂਬੇ ਦੇ ਵਿੱਚ ਆਪਣੇ ਆਪਣੇ ਕਲਚਰ ਨੂੰ ਫਰੋਕ ਦੇ ਰਹੇ ਨੇ ਲੇਕਿਨ ਪੰਜਾਬ ਤੇ ਪੰਜਾਬੀਏ ਪੰਜਾਬ ਰੰਗ ਦੇ ਜਿੰਦਾਬਾਦ ਔਰ ਪਾਕਿਸਤਾਨ ਪੰਜਾਬ